शीशा उन्हें तोड़िया। बीती रात 10:30 बजे के करीब सिविल हस्पताल महलपुर विच उस वेले तकड़ा हंगामा हो गया जब शुक्रवार की तड़कसार कुटमार का शिकार एक नौजवान इलाज लई दाखिल होया, जिस मगरों रात 10 बजे के करीब रोहित नाम के मरीज ने हस्पताल में खरूद पाना शुरू कर दिता। जदों ड्यूटी दे रहे डॉक्टर ने उसनू रोकण की कोशिश की तो उसने मरण दीआं धमकियां देनियां शुरू कर दित्तियां। डॉक्टर राम गोपाल ने दस्या कि उस तो बाद रोहित कुमार ने मरदाना वार्ड दीआं खिड़कियां दे शीशे तक तोड़ दिते अते जनाना वार्ड विच दाखिल हो गया। वार्ड विच दाखिल होण मगरों औरतां ने अंदरों कुंडी लगा के अपनी जान बचाई। उन्हें दस्या कि जदों उन्हें पुलिस नूं फोन किया तो उसने हस्पताल के स्टाफ नूं धमकाउणा शुरू कर दिता। मौके ते जदों पत्रकारां ने उस दीआं हरकतां नूं कैमरे विच कैद करन दी कोशिश कीती तां उह फरार हो गया। बेटा तुसीं कदों दे दाखल आए थे? सर 4-5 दिन हो गए। ये की मामला आया हुण रात नूं? सर जिद्दां मेरा बैड सामने सी ना, मैनूं फाटी सी आवाज़ आई उधरों, तां फिर उह दंद रहते बोला ने जोर देना जिद्दां काका कीता शीशा, मैं कहा कुछ सुटे अंदरों, तां फिर असीं उह काका लपी के तां बाहर निकल गया। शीशा उन्हें तोड़िया? थानू तो नहीं धमकाया उन्हें? नहीं आया साडे अंदर। तो आडे अंदर भी आया? हां अंदर आया, मैं कहा मेरी बच्ची बीमार वा ते सानू नहीं बुलाना है। पुलिस आई? नहीं पुलिस नहीं आई। हां तोड़ा ये की मामला होया? हुण ਬਾਦ ਵਿੱਚ ਦੁਪਹਿਰ ਦਾ ਕੁਆਇਆ ਤੇ ਆਪਣੀ ਆਪਣੀ ਮਰੀ ਨਾ ਉਹ ਜਿਹੜਾ ਪੇਸ਼ੈਂਟ ਆ ਉਹ ਦੋਲੇ ਹੋ ਜਾਂਦਾ ਤੇ ਤੰਗ ਕਰਦਾ ਪਰੇਸ਼ਾਨ ਕਰਦਾ ਨਾ ਲੇਡੀਜ਼ ਨੂੰ ਵੀ ਤੰਗ ਕਰਦਾ ਸਾਰਿਆਂ ਨੂੰ ਸਾਰਾ ਪੇਸ਼ੈਂਟ ਆ ਉਧਰ ਵੀ ਇਧਰ ਵੀ ਉੱਠ ਕੇ ਇਧਰ ਆ ਗਏ ਕਹਿੰਦੇ ਰਹਿਣਾ ਵੀ ਇਧਰ ਆ ਜਿਹੜਾ ਉਹਨੇ ਤੋੜ ਫੋੜ ਕੀਤੀ ਹਸਪਤਾਲ ਜੀ ਕੀ ਮਾਮਲਾ ਆ ਇਹ ਕਿ ਕੁਛ ਬੋਲਦੀ ਜਾਂ ਦੱਬ ਦਿੱਤਾ ਨਾ ਉਹਨੂੰ ਇਹ ਕਿ ਚਲੋ ਫੋੜ ਚੰਦਾ ਉਹਨੂੰ ਗੁੱਸੇ ਜਾ ਕੇ ਨਾ ਮੈਂ ਬਹੁਤ ਫਰਮਾਸ਼ ਨਾਲ ਜੇ ਨਾ ਬੁਆ ਉਧਰ ਸੀ ਸੀ ਮੁਕਾ ਮਾਰੇ ਧਮਕਾਉਂਦਾ ਸੀ ਪੇਸ਼ੈਂਟ ਨੂੰ ਹਾਂ ਧਮਕਾਉਂਦਾ ਸੀ ਜੀ ਤੁਸੀਂ ਇੱਥੇ ਨਾਈਟ ਡਿਊਟੀ ਤੇ ਹੋ ਇਹ ਕੀ ਮਾਮਲਾ ਹੋਇਆ ਹੈ ਸਰ ਮੈਂ ਇੱਥੇ ਆਪਣਾ ਰਜਿਸਟਰ ਮੇਨਟੇਨ ਕਰ ਰਹੀ ਸੀ ਤੇ ਪਿੱਛੇ ਜਦ ਪੇਸ਼ੈਂਟ ਦੇ ਅਟੈਂਡੈਂਟ ਆਏ ਕਹਿ ਰਹੇ ਕਿ ਪਿੱਛੇ ਉਹ ਜੋ ਨਾ ਖੜਾਕਾ ਹੋਇਆ ਸ਼ੀਸ਼ਾ ਟੁੱਟਿਆ ਉੱਥੇ ਤੇ ਫਿਰ ਅਸੀਂ ਵੀ ਪਿੱਛੇ ਦੇਖਾਂਗੇ ਜਦ ਜਾ ਕੇ ਦੇਖਿਆ ਤੇ ਪਿੱਛੇ ਸ਼ੀਸ਼ਾ ਟੁੱਟਿਆ ਪਿਆ ਸੀ ਤੇ ਉਹ ਪੇਸ਼ੈਂਟ ਦੌੜ ਗਿਆ ਉਹ ਕੌਣ ਸੀਗਾ ਪੇਸ਼ੈਂਟ ਸਰ ਉਹ ਪੇਸ਼ੈਂਟ ਸਾਡੇ ਤੋਂ ਕੋਲ ਇੱਥੇ ਐਡਮਿਟ ਸੀਗਾ ਕੱਲ ਰਾਤ ਦਾ ਐਡਮਿਟ ਆ ਪੇਸ਼ੈਂਟ ਉਹ ਤੇ ਉਹਦੇ ਬਾਰੇ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਹੋਈ ਸੀ ਹਾਂਜੀ ਹਾਂਜੀ ਪੁਲਿਸ ਨੇ ਇਨਫੋਰਮ ਕੀਤਾ ਸੀ ਤੁਹਾਨੂੰ ਕੋਈ ਉਹ ਥ੍ਰੈਟ ਵਗੈਰਾ ਵੀ ਕਰਕੇ ਗਿਆ ਜਾਂ ਵੈਸੇ ਹੀ ਭੱਜ ਗਿਆ ਸਰ ਵੈਸੇ ਹੀ ਭੱਜ ਗਿਆ ਤੁਸੀਂ ਇੱਥੇ ਕਿਦਾਂ ਸਿਕਿਉਰ ਜਾਂ ਆਪਣੇ ਆਪ ਨੂੰ ਮਹਿਸੂਸ ਕਰਦੇ ਹੋ ਸਰ ਨਹੀਂ ਤੁਸੀਂ ਲੇਡੀ ਹੋ ਨਾਈਟ ਡਿਊਟੀ ਆ ਸਾਡੀ ਕੋਈ ਸੇਫਟੀ ਨਹੀਂ ਰਾਤ ਨੂੰ ਕਿਉਂਕਿ ਇਕੱਲੇ ਸੀ ਡਿਊਟੀ ਕਰਦੇ ਆ ਇੱਥੇ ਇੱਕ ਡਾਕਟਰ ਹੈ ਇੱਕ ਤੁਸੀਂ ਹੋ ਨਾ ਹਾਂਜੀ ਇੱਕ ਡਾਕਟਰ ਹੈ ਇੱਕ ਸਟਾਫ ਇੱਕ ਕਲਾਸਰੂਮ ਸਿਕਿਉਰਿਟੀ ਨਾਮ ਦੀ ਚੀਜ਼ ਹੈ ਨਹੀਂ ਕੋਈ ਸਰ ਨਹੀਂ ਕੋਈ ਨਹੀਂ ਸਰ ਇਹ ਕੀ ਮਾਮਲਾ ਆ ਜਿਹੜਾ ਇਹ ਇੱਕ ਤੁਸੀਂ ਕਹਿੰਦੇ ਵੀ ਪੇਸ਼ੈਂਟ ਹੈ ਇਹ ਪੇਸ਼ੈਂਟ ਨੇ ਰੌਲਾ ਬਹੁਤ ਪਾਇਆ ਖਰੂਦ ਪਾਇਆ ਸ਼ੀਸ਼ੇ ਭੰਨੇ ਕੀ ਮਾਮਲਾ ਹੈ ਇਹ ਜੀ ਸਾਡੇ ਪਾਸ ਰੋਹਿਤ ਨਾਮ ਦਾ ਪੇਸ਼ੈਂਟ ਸੀ ਸਵੇਰੇ 2:15 ਵਜੇ ਆਇਆ ਸਾਡੇ ਤੋਂ ਤੜਕਸਾਰ ਹਾਂਜੀ ਤੜਕਸਾਰ 29 ਤਰੀਕ ਨੂੰ ਇਹ ਕਹਿ ਰਿਹਾ ਸੀ ਕਿ ਵੀ ਇਹਨੂੰ ਕਿਸੇ ਨੇ ਕੁੱਟਮਾਰ ਕੀਤੀ ਹੈ ਅਤੇ ਇਹਨੇ MRR ਕਟਵਾ ਲਿਆ ਬਟ ਇਹਦੇ ਪਾਸ ਜੋ ਸਰਕਾਰੀ ਫੀਸ ਵਾਸਤੇ ਇਹਦੇ ਪਾਸ ਪੈਸੇ ਨਹੀਂ ਸੀਗੇ ਬਟ ਫਿਰ ਵੀ ਆਪਾਂ ਇਸਨੂੰ ਰੈਫਰ ਕਰ ਲਿਆ ਸੀ ਅਤੇ ਇਹਦੀ ਜੋ ਵੀ ਇੰਜਰੀ ਸੀਗੀਆਂ ਸੀ ਉਹ ਆਪਣੇ ਐਮਰਜੈਂਸੀ ਰਜਿਸਟਰ 'ਤੇ ਰਿਕਾਰਡ ਕਰ ਲਈਆਂ ਸੀ ਅਤੇ ਇਸ ਦੇ ਬਾਬਤ ਜੋ ਵੀ ਹੈ ਪੁਲਿਸ ਇਨਫੋਰਮੇਸ਼ਨ ਭੇਜ ਦਿੱਤੀ ਗਈ ਸੀ ਰਾਤੀ ਅਤੇ ਅੱਜ ਜੋ ਹੈ ਵੀ ਸਵੇਰ ਦੇ ਪੇਸ਼ੈਂਟ ਕੰਪਲੇਂਟ ਕਰ ਰਹੇ ਸੀਗੇ ਵੀ ਹਰ ਕੋਈ ਪੇਸ਼ੈਂਟ ਨੂੰ ਇਹ ਤੰਗ ਪਰੇਸ਼ਾਨ ਕਰਦਾ ਪਿਆ ਇਹ ਅਤੇ ਹੁਣ ਤਕਰੀਬਨ ਰਾਤ 9:30 ਵਜੇ ਦੀ ਗੱਲ ਹੈ ਕਿ ਪੇਸ਼ੈਂਟ ਨੇ ਪਿੱਛੋਂ ਆ ਕੇ ਦੱਸਿਆ ਕਿ ਪਿੱਛੇ ਕੋਈ ਤਾਰ ਸ਼ੀਸ਼ੇ ਭੰਨ ਗਿਆ ਸੋ ਪਿੱਛੇ ਜਾ ਕੇ ਦੇਖਿਆ ਗਿਆ ਤਾਂ ਉੱਥੇ ਵਾਰਡ ਦੇ ਵਿੱਚ ਸ਼ੀਸ਼ੇ ਤੋੜੇ ਗਏ ਸੀ ਅਤੇ ਇਸ ਦੇ ਬਾਬਤ ਜੋ ਵੀ ਹੈ ਪੁਲਿਸ ਸਟੇਸ਼ਨ ਨੂੰ ਇਨਫੋਰਮ ਕਰ ਦਿੱਤਾ ਇਹਨੇ ਸ਼ੀਸ਼ੇ ਕਿਉਂ ਭੰਨੇ ਆ
इस बारे तो मैं तो यही जानता क्यों पल है, शायद कोई उसने कोई नशा किया हो। मतलब कोई तो रजिस्टर्ड भी है नशेड़ी के तौर पर? नहीं, ये वास्ते साढ़े पास कोई इनफॉर्मेशन नहीं। ਤੁਸੀਂ ਪੁਲਿਸ ਨੂੰ ਇਨਫੋਰਮ ਕੀਤਾ? ਹਾਂਜੀ ਹਾਂਜੀ, ਪੁਲਿਸ ਇਨਫੋਰਮੇਸ਼ਨ ਭੇਜ ਦਿੱਤੀ। ਕਿੰਨਾ ਚਿਰ ਹੋ ਗਿਆ? ਇਨਫੋਰਮੇਸ਼ਨ ਇਹਦੀ ਕੱਲ ਹੀ ਭੇਜ ਦਿੱਤੀ ਗਈ ਸੀ ਜੋ ਵੀ ਇਹਦੇ ਆਉਣ ਦੀ, ਅਤੇ ਜੋ ਅੱਜ ਕੁਟੁੰਬ ਇਹਨੇ ਤੋੜ ਫੋਨ ਭੰਨ ਕੀਤੀ ਉਹ ਫੋਨ ਦੇ ਉੱਤੇ ਐਸ ਐਚ ਓ ਸਾਹਿਬ ਨੂੰ ਇਨਫੋਰਮ। ਨਹੀਂ ਆ, ਤੁਹਾਡੀ ਭੰਨ ਤੋੜ ਤੋਂ ਬਾਅਦ ਜਿਹੜੀ ਤੁਸੀਂ ਇਨਫੋਰਮੇਸ਼ਨ ਦਿੱਤੀ ਉਹ ਤੋਂ ਬਾਅਦ ਪੁਲਿਸ ਆਈ? ਫਿਲਹਾਲ ਆਪਾਂ ਵੇਟ ਕਰ ਰਹੇ ਹਾਂ। ਵੇਟ ਕਰ ਰਹੇ? ਹਾਂਜੀ। ਪੇਸ਼ੈਂਟ ਸੀ ਰੋਹਿਤ ਨਾਮਕ, ਉਹਦੇ ਰਾਤ ਨੇ ਉਹਨੇ ਹੋਸਪਿਟਲ 'ਚ ਪਾਇਆ ਖਰੂਦ, ਉਹ ਤੁਹਾਡੇ ਨੌਲੇਜ 'ਚ ਆਇਆ? ਹਾਂਜੀ ਹਾਂਜੀ, ਕੱਲ੍ਹ ਮੈਨੂੰ ਫੋਨ ਕੀਤਾ ਸੀਗਾ ਕਿ ਰੋਹਿਤ ਜਿਹੜਾ ਪੇਸ਼ੈਂਟ ਆ ਇੱਕ ਦਿਨ ਪਹਿਲਾਂ ਐਡਮਿਟ ਹੋਇਆ ਸੀਗਾ ਸੱਟਾਂ ਨਾਲ, ਅਤੇ ਹੁਣ ਕੱਲ੍ਹ ਰਾਤੀ ਸਾਡੇ ਜਿਹੜੇ ਸਟਾਫ ਆ ਡਿਊਟੀ 'ਤੇ ਉਹਨਾਂ ਵੀ ਦੁਰਵਿਵਹਾਰ ਕੀਤਾ, ਅਤੇ ਇੱਕ ਸ਼ੀਸ਼ਾ ਸੀਗਾ ਉਹ ਵੀ ਉਹਦੀ ਤੋੜਿਆ ਹੈਗਾ, ਅਤੇ ਇਹਨੂੰ ਜੋ ਕਾਫੀ ਹੱਲਾ ਗੁੱਲਾ ਮਚਾ ਰਿਹਾ ਸੀਗਾ, ਅਤੇ ਜਿਹੜੀ ਬਾਕੀ ਪੇਸ਼ੈਂਟ ਇਹ ਨਾ ਦਾਖਲ ਉਹ ਬੜੇ ਪਰੇਸ਼ਾਨ ਸੀਗੇ, ਅਤੇ ਸਾਡੇ ਡਾਕਟਰ ਸਾਹਿਬਾਂ ਕੋਲੋਂ ਨੇ ਉਹਨੇ ਪੁਲਿਸ ਨੂੰ ਮੈਂ ਇਨਫੋਰਮ ਵੀ ਕੀਤਾ, ਅਤੇ ਪਰ ਕਾਫੀ ਚਿਰ ਸਮੇਂ ਤੋਂ ਬਾਅਦ ਵੀ ਜਿਹੜੀ ਪੁਲਿਸ ਨਹੀਂ ਆਈ। ਪੁਲਿਸ ਤਾਂ ਸਰ ਰਾਤ 11 ਵਜੇ ਤੱਕ ਆ, ਜਿਸ ਵੇਲੇ ਮੀਡੀਆ ਦੇ ਬੰਦੇ ਵੀ ਆਏ ਉਸ ਵੇਲੇ ਵੀ ਨਹੀਂ ਆਏ। ਕਿਆ ਤੁਸੀਂ ਪੰਜਾਬ ਸਰਕਾਰ ਨੂੰ ਕੀ ਅਪੀਲ ਕਰਦੇ ਹੋ? ਅਸੀਂ ਤਾਂ ਪੰਜਾਬ ਸਰਕਾਰ ਨੂੰ ਤੇ ਜਿਹੜੇ ਪੁਲਿਸ ਡਿਪਾਰਟਮੈਂਟ ਹੈਗਾ ਮਾਹਲਪੁਰ ਉਹਨਾਂ ਨੂੰ ਇਹੀ ਅਪੀਲ ਕਰਦੇ ਹਾਂ ਵੀ ਜਿਹੜੇ ਜੇ ਇਸ ਤਰ੍ਹਾਂ ਦੀ ਕੋਈ ਵੀ ਸਾਡੇ ਨਾਲ ਉਹ ਕੱਲ੍ਹ ਦੁਰਵਿਵਹਾਰ ਕੀਤਾ, ਉਹਦੇ ਕੋਲ ਹੋਰ ਕੋਈ ਹਥਿਆਰ ਹੋਵੇ ਜਾਂ ਸਾਨੂੰ ਉਹ ਮਾੜਾ ਨੁਕਸਾਨ ਪਹੁੰਚਾ ਸਕਦਾ ਸੀਗਾ। ਅਸੀਂ ਅਪੀਲ ਇਹੀ ਕਰਦੇ ਵੀ ਜਦੋਂ ਵੀ ਅਸੀਂ ਫੋਨ ਕਰਦੇ ਹਾਂ ਕਰੀਏ ਇੱਥੇ ਥਾਣੇ ਦੇ ਵਿੱਚ, ਉਹ ਤੁਰੰਤ ਜਿਹੜਾ ਕੋਈ ਵੀ ਉੱਧਰ ਵਰਕਰ ਜਾਂ ਕੋਈ ਸਫਾਈ ਸਾਡੇ ਆਵੇ, ਜੇ ਇਸ ਤਰ੍ਹਾਂ ਕੋਈ ਹੋਰ ਸਾਡੇ ਜਿੰਨੇ ਵੀ ਸਟਾਫ ਆ ਜਾਂ ਕੋਈ ਹੋਰ ਨੁਕਸਾਨ ਪਹੁੰਚ ਗਿਆ ਫਿਰ ਕੌਣ ਜ਼ਿੰਮੇਵਾਰ ਆ? ਅੱਗੇ ਤਾਂ ਤੁਹਾਨੂੰ ਪਤਾ ਹੀ ਆ ਡਾਕਟਰਾਂ ਦੇ ਹੋਰ ਕਿੱਦਾਂ ਦੇ ਜਿਹੜੇ ਹਮਲੇ ਹੋ ਰਹੇ ਆ। ਠੀਕ ਹੈ, ਜੇ ਸਾਡੀ ਪੁਲਿਸ ਨਹੀਂ ਪ੍ਰੋਟੈਕਟ ਕਰੂਗੀ ਫਿਰ ਕੀ ਹੋਊਗਾ? ਇਸ ਕਰਕੇ ਅਸੀਂ ਅਪੀਲ ਇਹੀ ਕਰਦੇ ਹਾਂ ਵੀ ਜੋ ਵੀ ਸਾਡਾ ਕੋਈ ਫੋਨ ਆਵੇ ਜਾਵੇ ਕਿਸੇ ਤਰ੍ਹਾਂ ਦਾ ਵੀ ਕੋਈ ਸਾਨੂੰ ਕੋਈ ਪ੍ਰੋਬਲਮ ਹੈਗੀ ਆ, ਜਿਹੜੀ ਪੁਲਿਸ ਆ ਉਹ ਉਸ ਵੇਲੇ ਹਾਜ਼ਰ ਹੋਣੀ ਚਾਹੀਦੀ। ਹੁਸ਼ਿਆਰਪੁਰ ਤੋਂ ਗੁਰਦੀਪ ਸਿੰਘ ਸੈਣੀ ਦੀ ਰਿਪੋਰਟ, ਰੰਗਲਾ ਟੀਵੀ।